की खैरात उससे मांगता हूँ। जी, महफिल मोहद्दत प्रोग्राम हिदायत टेलीविजन की तरफ से आपकी खिदमत पेश किया जाता है हर इतवार को 5 से 7 बजे। हम बुखारी हाज़िर हैं, आइए आप भी शामिल हों। मगर बुखारी वो अभी देख रहे हैं, टिकर भी चल रहा है वो अंकल हसनैन का, वो अब हमारे साथ नहीं है, इस दुनिया से तशरीफ़ ले गए हैं, बेहतर जहान में चले गए हैं, दुनिया की अजियतों से जान छुड़ा के। मैं पिछले दिनों एक और फौतीदगी हुई थी मानचेस्टर में, तो फादर उनके काजमी साहबान के फादर की डेथ हुई थी, तो वहाँ पे एक कलाम पढ़ा था, तो वो उसका मुझे फिर हुक्म था कहीं से कि उसको दोबारा सुना दे, तो वो भी सुनाऊंगा आज। और अस्सलाम वालेकुम, अस्सलाम वालेकुम यारी मदद कीजिए। जनाब, जनाब पीर मौला अली मदद, जनाब अब्दुल्ला साहब, बिस्मिल्लाह। मुर्शिद जी क्या हाल है? ठीक हो? अल्हम्दुलिल्लाह सरकार, अल्हम्दुलिल्लाह, शुक्र मालिक दी जात दा। जी तुझे सुना, आज से बात साफ आ गई है जी। आज तो जनाब इस तरह लगता है कि तुसी है साढ़े नाल चेयर ते बैठे हो। ਤੇ ਉਹਦੇ ਮੇਰਾ ਨੈਟ ਜਿਹਾ ਖਰਾਬ ਸੀ ਤੇ ਮੋਬਾਈਲ 'ਚ ਵੀ ਫਾਲਟ ਹੈ ਸੀ, ਮੋਬਾਈਲ ਵੀ ਬਦਲਣਾ ਪਿਆ। ਨਹੀਂ ਹੁਣ ਬਿਹਤਰੀਨ ਆਵਾਜ਼ ਹੈ। ਤੇ ਉਹ ਜਿਹੜੀ ਜਿਹੜੀ ਗੁਰਬਾਈ ਨਹੀਂ ਬੋਲਦੇ, ਮੈਂ ਹੱਕ ਦੀ ਗੱਲ ਅਰਬਾਈ ਜਿਹੜੀ ਬੋਲਦੇ ਉਹ ਤੇ ਉਹ ਬਾਤ ਕੱਟ ਕੱਟ ਕੇ ਗਿਆ ਤੇ ਤੁਹਾਨੂੰ ਸੁਣੋ ਗਿਆ ਨਾ ਕਿ ਨਮਾਜ਼ ਵੀ ਛੱਡ। ਮੇਰਾ ਇਹ ਮਤਲਬ ਸੀ ਕਿ ਜਿਹੜਾ ਅਹਿਲੇ ਬੈਤ ਨੂੰ ਛੱਡ ਦਿੰਦਾ ਉਹ ਨਮਾਜ਼ ਪੜ੍ਹੇ ਤੇ ਬਾਅਦ ਨਾ ਪੜ੍ਹੇ, ਨਹੀਂ ਉਹਦਾ ਕੋਈ ਫਾਇਦਾ ਨਹੀਂ। ਉਹ ਜਨਾਬ ਉਹ ਤੁਹਾਨੂੰ ਨਹੀਂ ਕਿਹਾ, ਠੀਕ ਹੈ ਤੇ ਬਾਕੀ ਕਸੀਦਾ ਉਹ ਸੁਣਾਉਣਾ ਜੇ ਪਿਛਲਾ ਹੀ ਜੀ ਠੀਕ ਹੈ। ਉਹ ਸਾਈਂ ਜੀ ਹੁੰਦਾ ਹੈ ਕਿ ਜਿਸ ਤਰ੍ਹਾਂ ਇੱਕ ਫਿਕਰਾ ਹੈ, ਰੋਕੋ ਮਤ ਜਾਣੇ ਦੋ, ਉਹਨੂੰ ਜਿਸ ਵੇਲੇ ਤੋੜਦੀ ਹੈ ਨਾ ਤਾਂ ਉਹਦਾ ਮੀਨਿੰਗ ਬਦਲ ਜਾਂਦਾ, ਉਹਦਾ ਮਤਲਬ ਹੀ ਬਦਲ ਜਾਂਦਾ ਹੈ। ਰੋਕੋ ਮਤ ਜਾਣੇ ਦੋ, ਤੇ ਜੇ ਉਹਨੂੰ ਆਖੀਏ ਰੋਕੋ ਮਤ ਜਾਣੇ ਦੋ, ਤਾਂ ਸਿਰਫ ਵਕਫਾ ਦੇਣ ਨਾਲ ਮੀਨਿੰਗ ਬਦਲਣਾ, ਤੇ ਕੁਛ ਲੋਕਾਂ ਨੂੰ ਮੈਸੇਜ ਗਲਤ ਚਲਾ ਜਾਂਦਾ। ਤਾਂ ਫਿਰ ਨਾਲ ਇੱਕ ਚੀਜ਼ ਜਿਹੜੀ ਨਾ ਜੀ, ਅਕੀਦੇ ਦੀ ਦਰੁਸਤਗੀ ਵਾਸਤੇ ਉਹ ਲਾਜ਼ਮੀ ਫਰਜ਼ ਬਣਦਾ ਜੀ, ਕਿ ਜਿਹੜਾ ਬੰਦਾ ਜਿਸ ਬੰਦੇ ਨੂੰ ਕੁਛ ਸੁਣ ਰਹੇ ਨੇ ਇੰਨੇ ਲੋਕ, ਤਾਂ ਉਹ ਉਹਨੂੰ ਨਾਲ ਦੇ ਨਾਲ ਆਪਣੀ ਵਜ਼ਾਹਤ ਵੀ ਉਹਦੀ ਕਰਦਾ ਜਾਏ। ਤੁਹਾਡਾ ਬੇਹੱਦ ਸ਼ੁਕਰੀਆ, ਇਨਸ਼ਾਅੱਲਾ ਮੈਂ ਸੁਣਾਉਣਾ ਜੀ। ਸਲਾਮ ਜੀ, ਅੱਜ ਵੇਖੇ ਜਾਣ ਬਜ਼ੁਰਗ ਆਪਣੇ ਤੇ ਉਹ ਪੈਸੇ ਨਹੀਂ ਹੈ ਦਿੰਦੇ ਲੋਕੀ ਹਦਾਇਤੀ ਵਾਸਤੇ ਜੀ। ਤੇ ਉਹਨੂੰ ਇੱਕ ਬੱਚੀ ਨੇ ਫੋਨ ਕੀਤਾ ਕਿ ਮੇਰੇ ਕੋਲ ਪੈਸਾ ਕੋਈ ਨਹੀਂ, ਮੇਰੇ ਕੋਲ ਸੋਨਾ ਥੋੜਾ ਜਿਹਾ ਵੇਚ ਕੇ ਤੇ ਤੁਸੀਂ ਮੇਰੇ ਤਰਫੋਂ ਫੰਡ ਲੈ ਲਓ। ਉਹਦੀ ਮੈਂ ਗੱਲ ਸੁਣੀ ਤੇ ਮੈਂ ਬੜਾ ਅੱਜ ਤਕਰੀਬਨ ਦਿਨ ਦੇ 11 ਵਜੇ ਤੋਂ ਲੈ ਕੇ ਤੇ ਹੁਣ ਤੱਕ ਪਰੇਸ਼ਾਨ, ਮੇਰਾ ਬੀਪੀ ਬੜਾ ਲੋ, ਮੈਂ ਬੜਾ ਰੋਇਆ ਇਸ ਚੀਜ਼ ਤੇ। ਅੱਲਾ ਉਸ ਬੱਚੀ ਦੇ ਤੇ ਪਰਦਾ ਕਿਤਨੀ ਸਲਾਮਤ ਮੁਹੱਬਤ ਇਸ ਮੋਲਾ ਪੰਚਨ ਪਾਕ ਨੂੰ ਚਲਾਉਣ ਵਾਸਤੇ, ਤੇ ਕਾਸ਼ ਕਿ ਮੇਰੀ ਇੱਥੇ ਪਾਕਿਸਤਾਨ ਕਦੇ ਹੁੰਦੇ ਕੋਈ ਮੇਰੀ ਪੇਸ਼ ਜਾਂਦੀ ਜਾਂ ਮੈਨੂੰ ਪਤਾ ਹੁੰਦਾ ਅੱਲਾ ਸਲਾਮਤ ਰੱਖੇ। ਤੁਸੀਂ ਇਸ ਤਰ੍ਹਾਂ ਇਹ ਵੀ ਤੁਹਾਡੀ ਮਦਦ ਹੈ ਕਿ ਤੁਸੀਂ ਇਸ ਟੈਲੀਵਿਜ਼ਨ ਨੂੰ ਦੇਖਦੇ ਹੋ, ਇਹਦੇ 'ਤੇ ਜਿਹੜਾ ਪੈਗਾਮ ਆਉਂਦਾ ਉਹਨੂੰ ਸਮਝਦੇ ਹੋ, ਇਹ ਵੀ ਬਹੁਤ ਇਹ ਵੀ ਬੜੀ ਮਦਦ। ਬੜੀ ਤਕਲੀਫ ਹੋਈ ਹੈ ਪੀਰ ਜੀ, ਮੈਂ ਇੰਨਾ ਰੋਇਆ ਬੈਠ ਕੇ ਉਸ ਬੱਚੀ ਮੈਂ ਕਿਹਾ ਮੌਲਾ ਦੀ ਨਾਂ ਦੀ ਖਾਤਰ ਇੰਨਾ ਉਹ ਇਲਤਜਾ ਪੀਲਾ ਪੇ ਕਰਦੇ ਨੇ ਤੁਹਾਡੇ ਅੱਗੇ, ਲੰਡਨ ਦੇ ਵਿੱਚ ਇੰਨੇ ਤੇ ਅਮੀਰ ਇੰਜੀਨੀਅਰ ਡਾਕਟਰ ਸਭ ਕੁਛ ਬੜੇ ਇੱਥੇ ਕੁਛ ਚੰਦ ਪਾਕਿਸਤਾਨ ਕੋ ਰਾਤਾ ਮੇਰਾ ਕੋ ਜਲਦੀ ਹੁੰਦਾ ਤੇ ਮੈਂ ਕਿਉਂ ਇਹਨਾਂ ਨੇ, ਮੈਂ ਤੇ ਇਹ ਸੁਣ ਕੇ ਤੇ ਬਰਦਾਸ਼ਤ ਹੀ ਨਹੀਂ ਕਰ ਸਕਦਾ। ਅਬਦੁੱਲਾ ਸਾਹਿਬ ਇੱਥੇ ਕੈਸੇ ਐਸੇ ਲੋਕ ਨੇ ਕਿ 4-5 ਲੋਕ ਹੀ ਅਗਰ ਹੈਲਪ ਕਰ ਮਦਦ ਕਰ ਦੇਣ ਤੇ ਇਹ ਸਾਰੇ ਸਿਲਸਿਲਾ ਜਿਹੜਾ ਚੱਲ ਸਕਦਾ, ਲੇਕਿਨ ਬਸ ਇੱਧਰ ਖਿਆਲ ਹੀ ਕੋਈ ਨਹੀਂ। ਬਿਲਕੁਲ ਅਫਵਾਹਾਂ ਚੱਲਦੀਆਂ ਨੇ ਇੱਥੇ ਜੀ, ਬਸ ਉਹਦਾ ਸਮੁੰਦਰ ਬਹਿ ਰਿਹਾ ਅਫਵਾਹਾਂ ਦਾ, ਹੋਰ ਕੁਝ ਕੁੱਤਾ ਹੈ। ਜੀ ਠੀਕ ਹੈ, ਤੁਸੀਂ ਇਹ ਸੁਣਨਾ, ਇੱਕ ਚੀਜ਼ ਮੈਂ ਹੁਣ ਸੁਣਾਉਣ ਲੱਗਾ। ਇਹ ਵਾਲਦੈਨ ਜਿਹਨਾਂ ਲੋਕਾਂ ਦੇ ਬਾਪ ਜਿਹੜੇ ਨੇ ਇਸ ਦੁਨੀਆ ਤੋਂ ਚਲੇ ਗਏ ਨੇ, ਮਾਵਾਂ ਦਾ ਤਾਂ ਅਸੀਂ ਜਿਹੜਾ ਉਹ ਸਾਡੀ ਜਨਤਾ ਉਹਨਾਂ ਦੇ ਪੈਰਾਂ ਥੱਲੇ ਨੇ ਮਾਵਾਂ ਦੇ, ਪਰ ਬਾਪ ਦਾ ਵੀ ਕਦੀ ਕਦੀ ਜੀ ਬਾਪ ਦਾ ਵੀ ਕਦੀ ਕਦੀ ਜ਼ਿਕਰ ਕਰਨਾ ਚਾਹੀਦਾ। ਤਾਂ ਬਾਪ ਦਾ ਜ਼ਿਕਰ ਜਿਹੜਾ ਉਹ ਇੱਕ ਮੈਂ ਸ਼ਾਇਰ ਦਾ ਛੋਟਾ ਜਿਹਾ ਕਲਾਮ ਸੁਣਾਵਾਂਗਾ, ਇਹਦੇ ਵਾਸਤੇ ਮੈਨੂੰ ਹੁਕਮ ਵੀ ਹੈ। ਔਰ ਅੱਜ ਮੇਰੇ ਇੱਕ ਅਜ਼ੀਜ਼ ਵੀ, ਉਹ ਵੀ ਇੱਕ ਬੜੇ ਸ਼ਫੀਕ ਬਾਪ ਸਨ, ਉਹ ਵੀ ਇਸ ਦੁਨੀਆ ਤੋਂ ਚਲੇ ਗਏ ਨੇ। ਅਸਲਾਮ ਵਾਲੇਕੁਮ, ਅਸਲਾਮ ਵਾਲੇਕੁਮ ਯਾ ਅਲੀ ਮਦਦ।
वालेकुम अस्सलाम मौला I'm here, जी अबतुल. जी I'm here, Abdul, and I would like to share the merits of Surah Mulk. I would like to recite Surah Mulk, and I would like to read the translation of Surah Mulk as well. MashaAllah, Bismillah, kiji Allahumma salli ala Muhammad wa ali Muhammad wa jil for jil. In the book Khawasul Quran, it is said that the Holy Prophet sallallahu alayhi wa alihi wa sallam said, whoever recites Surah Mulk becomes protected against the punishment of the grave. There is another tradition from the Holy Prophet that for the recital of Surah Mulk, there is reward like the man who spends the whole night of the night preceding Eid al-Fitr in worshipping. And whoever memorizes Surah Mulk, the surah becomes his companion and consoler in the grave and wards off every punishment that is to be given to him in the grave and saves him from all these hardships up to the day of judgment. It intercedes for him before Almighty Allah and remains near him till it sees him enter paradise in peace and safety. Allah, and the man enters paradise remaining safe from the desolateness and loneliness of the grave. Now I would like to recite Surah Al-Mulk. Bismillah. أعوذ بالله من الشيطان الرجيم. بسم الله الرحمن الرحيم. تبارك الذي بيده الملك وهو على كل شيء قدير الذي خلق الموت والحياة ليبلوكم أيكم أحسن عملا وهو العزيز الغفور الذي خلق سبع سماوات طباقا ما ترى في خلق الرحمن من تفاوت فارجع البصر هل ترى من فطور ثم ارجع البصر كرتين ينقلب إليك البصر خاسئا وهو حسير ولقد زينا السماء الدنيا بمصابيح وجعلناها رجوما للشياطين وأعتدنا لهم عذاب السعير وللذين كفروا بربهم عذاب جهنم وبئس المصير صدق الله العلي العظيم. Now I would like to read the translation. بسم الله. I seek refuge in Allah from Shaitan the outcast. In the name of Allah, the compassionate, the merciful. Blessed be he in whose hands is all sovereignty. He has power over all things. He created life and death that he might put you to the test and find out which of you acquitted himself best. He is the mighty, the forgiving. He created seven heavens, one above the other. Do you see any fault in the work of the merciful? Turn up your eyes and you detect any rift. Then look once more and yet again, your eyes will in the end grow dim and weary. We have adorned the lowest heaven with lamps, missiles for the pelting devils. We have prepared a scourge of flames for these and the scourge of hell for unbelievers, an evil fate. Allah the Sublime speaks the truth. Allahumma salli ala Muhammad wa 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 ala Muhammad اپنے بچوں کو جو لوگ پروان چڑھا رہے ہیں ماشاءاللہ سلامت رہیے جیتی رہیے جی میں کہہ رہا تھا یہ کلام
جو ماؤں کے لیے تو ہم ہدیہ کرتے رہتے ہیں, تو جو میری طرح کے فادر ہیں نا جناب, ان کا بھی کبھی خیال کر لیا کریں, ان کے لیے بھی جو میرا باپ اور دیگر لوگوں کے جو فادر اس دنیا میں نہیں ہیں جو ہیں ان کے لیے. اور آج میرا ایک دوست, میرا ایک بھائی حسنین کاظمی, وہ بھی ایک بڑا اچھا باپ تھا, تو یہ میں ہدیہ کرتا ہوں. اللہم صلی علی محمد و آل محمد. عزیز تر مجھے رکھتا تھا وہ رگ جاں سے, عزیز تر مجھے رکھتا تھا وہ رگے جاں سے, یہ بات سچ ہے میرا باپ کم نہ تھا ماں سے, عزیز تر مجھے رکھتا تھا وہ رگے جاں سے, یہ بات سچ ہے میرا باپ کم نہ تھا ماں سے, وہ ماں کے کہنے پہ کچھ روب مجھ پہ رکھتا تھا, یہی وجہ تھی مجھے چومتے جھجھکتا تھا, وہ آشنا میرے ہر درد سے رہا ہر دم, جو کھل کے رو نہیں پایا مگر سستا تھا, جڑی تھی اس کی ہر ایک ہاں فقط میری ہاں سے, یہ بات سچ ہے میرا باپ کم نہ تھا ماں سے, عزیز تر مجھے رکھتا تھا, ہر ایک درد وہ چپ چاپ خود پہ سہتا تھا, تمام عمر وہ اپنوں سے کٹ کے رہتا تھا, وہ لوٹتا تھا کہیں رات دیر کو دن بھر وجود اس کا پسینے میں ڈھل کے بہتا تھا, گلے تھے پھر بھی مجھے ایسے چاک
दामा से ये बात सच है मेरा बाप कम न था माँ से अजीज तर मुझे रखता था वो रगे जान से पुराना सूट पहनता था कम खाता था मगर खिलौने मेरे सब खरीद लाता था वो मुझको सोए हुए देखता था जी भर के न जाने सोच के क्या क्या वो मुस्कुराता था मेरे बगैर थे सब ख्वाब उसके वीरां से ये बात सच है मेरा बाप कम न था माँ से अजीज तर मुझे रखता था वो रगे रगे जान से रब्बी सल्लल्लाह मोहम्मद व आले मोहम्मद ये एक नजराना अकीदत जो दुनिया में बाप है उनके लिए सरकार अब आपका टाइम वो बस करबला है वो बस करबला है वो बस करबला है वो बस करबला है जहां महव सजदा जहां महव सजदा फलक भी झुका है वो बस करबला है बस करबला है वो बस करबला है जहां महव सजदा जहां महव सजदा फलक भी झुका है वो बस करबला है वो बस करबला है वो बस करबला है जहां कसर बात जहां कसर बात गिराया गया है वाह सुभान अल्लाह फिर इस लाइन को फिर जहां कसर बात जहां कसर बात गिराया बला फिर यही सुन जहां कसर बात जहां कसर बात गिराया गया है वो बस करबला है
سبحان اللہ سبحان اللہ ہے جنہ جہاں فاطمہ بانٹتی ہے وہاں موت بھی دیکھیے کانپتی ہے جہاں ہر یزید مٹایا ہے وہ بس کربلا ہے. مگر اتنا خوبصورت کلام اور اتنے اچھے طریقے سے آپ سنا رہے ہیں نا, مجھے یقین کریں میرا جی نہیں چاہتا کہ میں جو آپ اس کے پہلے دو لائنیں ہیں نا اس سے آگے بڑھیں. اتنا خوبصورت آپ نے یہ کدھر سے پتہ نہیں یہاں سے آپ نے ایک بے کفن کے روزے کا اعجاز دیکھیے روزے کا اعجاز دیکھیے دنیا یہ چاہتی ہے کفن کربلا کہو بس کربلا ہے وہ بس کربلا ہے وہ بس کربلا ہے جہاں کسر بات گرایا گیا ہے وہ بس کربلا ہے جو اپنے خدا سے بھی لڑتا رہا ہے کہ آدم کا انکار کرتا رہا ہے وہ ابلیس جس جہایا گیا ہے وہ بس کربلا ہے بس کربلا ہے واہ بس کربلا ہے واہ سبحان اللہ. السلام علیکم. السلام علیکم. قبلہ محترم مزور نقوی صاحب بسم اللہ سرکار. جی بخاری صاحب ماشاءاللہ ہمیشہ کی طرح بہت ہی خوبصورت پروگرام نورانی پروگرام لے کے آتے ہیں آپ. یہ تو مزہ ہونا ہے گا جی بسم اللہ. مزہ تو ہونا آنا نا جناب. چل سارا محمد محمد بسم اللہ سر. اس کا دم گھٹنے لگا جب آمد شبیر سے اس کا دم گھٹنے لگا جب آمد شبیر سے کفر رخصت ہو گیا اسلام کی جاگیر سے. واہ سبحان اللہ سبحان اللہ. جو بھی ان دونوں سے ٹکرایا وہ رسوا ہو گیا ایک علی کے خون سے ایک فاطمہ کے شیر. آہا سبحان اللہ سبحان اللہ سبحان اللہ. چھ مہینے کے علی نے ایک ہنسی کے وار سے ہرملا کو مار ڈالا ہرملا کے تیر سے. سبحان اللہ چیتریے کیا بات ہے. کہہ گیا اولاد سے ہی ایک صحابی رسول پاؤ گے جنت حسن کے باپ کی تحریر سے. واہ 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 سبحان اللہ. زینت نہج بلاغت اے علی کی لاڈلی تو نے تلواروں کی دھاریں موڑ دیس. واہ 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 سبحان اللہ. اس نے اپنے اور نام بتلائے مجھے اس نے اپنے اور بارہ نام بتلائے مجھے میں نے پوچھا تھا تعارف ایک ہی تصویر
تکبیر سبحان اللہ یا علی یا علی یا علی سلامت رہیے جیت رہیے ماشاء اللہ مظفر نقوی صاحب ہمیشہ کی طرح پوراز اور جناب بڑی بے باکی سے جناب کلام پیش کرتے ہیں ایک مختصر وقفہ میں حرف و صوت کی خیرات اس سے مانگتا ہوں